ਬਲਕਿ ਤੋਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ। ਪੂਰੇ ਪੰਜਾਬ 'ਚ ਅੱਜ ਸ਼ਾਮ ਤੋਂ ਪ੍ਰਚਾਰ ਵੀ ਬੰਦ ਹੋ ਜਾਵੇਗਾ ਅਤੇ ਕਈ ਪਾਬੰਦੀਆਂ ਵੀ ਲੱਗ ਜਾਣਗੀਆਂ। ਮੋਹਾਲੀ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਬਹੁਤ ਸਾਰੀਆਂ ਪਾਬੰਦੀਆਂ ਲੱਗਣ ਜਾ ਰਹੀਆਂ ਨੇ। ਕੀ ਪਾਬੰਦੀਆਂ ਨੇ, ਕਿਸ ਤਰੀਕੇ ਨਾਲ ਤੁਸੀਂ ਵਿਚਰ ਸਕਦੇ ਹੋ? ਸਾਡੇ ਨਾਲ ਮੋਹਾਲੀ ਦੇ ਡਿਪਟੀ ਕਮਿਸ਼ਨਰ ਮੌਜੂਦ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਮ, ਕੀ ਜਿਹੜੀਆਂ ਪਾਬੰਦੀਆਂ ਜਾਰੀਆਂ? ਦੇਖੋ ਜੀ, ਚੋਣਾਂ ਨੂੰ ਸਾਫ਼ ਸੁਥਰੇ ਤਰੀਕੇ ਦੇ ਨਾਲ, ਫਰੀ ਫੇਅਰ ਐਂਡ ਟਰਾਂਸਪੇਰੈਂਟ ਤਰੀਕੇ ਨਾਲ ਕਰਾਉਣ ਲਈ ਕੁਝ ਪਾਬੰਦੀਆਂ ਜ਼ਰੂਰ ਜ਼ਿਲ੍ਹੇ ਦੇ ਵਿੱਚ ਲਾਈ ਜਾਂਦੀ ਹੈ। ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਸੜਕਾਂ 'ਤੇ ਸਾਡੀ ਫੋਰਸਿਸ ਦੀ ਜਿਹੜੀ ਮੌਜੂਦਗੀ ਹੈ ਉਹ ਕਾਫ਼ੀ ਵਧਾਈ ਗਈ ਹੈ। ਫਲਾਇੰਗ ਸਕੁਆਡਸ ਅਤੇ ਪਰਮਾਨੈਂਟ ਨਾਕੇ ਸੜਕਾਂ 'ਤੇ ਲਾਏ ਹੋਏ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੈਸ਼ ਦੀ ਮੂਵਮੈਂਟ ਜਿਹੜਾ ਕਿ ਵੋਟਰਸ ਨੂੰ ਅਟਰੈਕਟ ਕਰਨ ਲਈ ਯੂਜ਼ ਕੀਤਾ ਜਾ ਸਕੇ, ਇੰਡਿਊਸਮੈਂਟ ਦੇ ਵਿੱਚ ਯੂਜ਼ ਕੀਤਾ ਜਾ ਸਕੇ, ਉਹਦੇ ਉੱਤੇ ਚੈਕਿੰਗ ਕੀਤੀ ਜਾ ਸਕੇ, ਜਾਂ ਹੋਰ ਤਰ੍ਹਾਂ ਦੇ ਕੋਈ ਵੀ ਸਮਾਨ ਹੈ, ਡਰੱਗਸ ਹੈ, ਲਿਕਰ ਹੈ, ਉਹਦੇ ਉੱਤੇ ਵੀ ਜਿਹੜੀ ਹੈ ਨਜ਼ਰ ਸਾਡੀ ਬਣੀ ਹੋਈ ਹੈ। ਹੁਣ 48 ਘੰਟੇ ਸਭ ਤੋਂ ਜ਼ਿਆਦਾ ਕਰੂਸ਼ੀਅਲ ਹੁੰਦੇ ਨੇ ਔਰ ਇਸ ਦੇ ਲਈ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਬੜੀ ਡਿਟੇਲ ਗਾਈਡਲਾਈਨਸ ਹੈਗੀਆਂ ਨੇ ਕਿ ਕਿਸ ਤਰ੍ਹਾਂ ਸਾਡੇ ਇੰਟਰਸਟੇਟ ਨਾਕਿਆਂ ਦੇ ਉੱਤੇ ਜਿਹੜੀ ਸਾਡੀ ਟੀਮਸ ਹੈ ਉਹ ਵਧਾਈ ਜਾਂਦੀ ਹੈ ਔਰ ਨਜ਼ਰ ਸਾਡੀ ਬਹੁਤ ਸਟ੍ਰਿਕਟ ਕੀਤੀ ਜਾਂਦੀ ਹੈ। ਕਿਸੇ ਵੀ ਤਰ੍ਹਾਂ ਦੀ ਟਰਾਲੀਆਂ ਦੀ ਮੂਵਮੈਂਟ, ਹੋਰ ਤਰ੍ਹਾਂ ਦੀ ਵਹੀਕਲਸ ਦੀ ਮੂਵਮੈਂਟ ਦੇ ਉੱਤੇ ਚੈੱਕ ਰੱਖਿਆ ਜਾਂਦਾ। ਕੋਈ ਵੀ ਵਿਅਕਤੀ ਜਿਹੜੇ 50,000 ਦੇ ਉੱਤੇ ਕੈਸ਼ ਲੈ ਕੇ ਵਿਚਰਦੇ ਹੁੰਦੇ ਹੈ, ਜੇ ਬਿਨਾਂ ਕਾਗਜ਼ ਦੇ ਮਿਲਦਾ ਹੈ ਕੋਈ ਕੈਸ਼ ਤਾਂ ਉਹਨੂੰ ਸੀਜ਼ ਕੀਤਾ ਜਾਂਦਾ ਹੈ। ਇਹਦੇ ਬਾਰੇ ਸਾਰੀ ਜਾਣਕਾਰੀ ਅਸੀਂ ਪੈਂਫਲੇਟਸ ਦੇ ਰਾਹੀਂ, ਤੁਹਾਡੇ ਸਾਰੇ ਮੀਡੀਆ ਕਰਮੀਆਂ ਦੇ ਰਾਹੀਂ ਪਬਲਿਕ ਨੂੰ ਦਿੰਦੇ ਆ ਰਹੇ। ਮੈਂ 48 ਘੰਟੇ ਵਾਸਤੇ ਜਿਹੜੀਆਂ ਖਾਸ ਪਾਬੰਦੀਆਂ ਲਾਈਆਂ ਗਈਆਂ ਉਹਦੇ ਬਾਰੇ ਵੀ ਦੱਸ ਦਿੰਦੀ ਹਾਂ ਕਿ ਅੱਜ ਸ਼ਾਮ ਨੂੰ 6 ਵਜੇ ਤੋਂ ਬਾਅਦ ਕਿਸੇ ਤਰ੍ਹਾਂ ਦਾ ਵੀ ਕੈਂਪੇਨ ਜਿਹੜਾ ਹੈ ਕਿਸੇ ਵੀ ਤਰੀਕੇ ਇਲੈਕਟ੍ਰੋਨਿਕ ਮੀਡੀਆ, ਟੀਵੀ, ਰੇਡੀਓ ਅਤੇ ਹੋਰ ਚੈਨਲਸ ਦੇ ਰਾਹੀਂ ਅਲਾਊ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੋਈ ਵੀ ਜਿਹੜੇ ਪੋਲੀਟੀਕਲ ਫੰਕਸ਼ਨਰੀ ਬਾਹਰੋਂ ਆਏ ਹੋਏ ਸਾਡੇ ਜ਼ਿਲ੍ਹੇ ਦੇ ਵਿੱਚ ਰੁਕੇ ਹੋਏ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਅੱਜ ਸ਼ਾਮ ਨੂੰ 6 ਵਜੇ ਤੋਂ ਪਹਿਲਾਂ ਉਹਨਾਂ ਨੂੰ ਇਹ ਏਰੀਆ ਛੱਡਣਾ ਹੁੰਦਾ। ਕੋਈ ਵੀ ਜਿਹੜੇ ਵਿਅਕਤੀ ਇੱਥੇ ਕੈਂਪੇਨ ਕਰਦੇ ਸੀ ਜਿਨ੍ਹਾਂ ਦੀ ਵੋਟ ਇੱਥੇ ਨਹੀਂ ਬਣੀ ਉਹਨਾਂ ਨੂੰ ਇੱਥੇ ਨਹੀਂ ਰਹਿਣ ਦਿੱਤਾ ਜਾਵੇਗਾ। ਉਸ ਤੋਂ ਇਲਾਵਾ ਲਾਊਡ ਸਪੀਕਰਸ ਦੇ ਉੱਤੇ ਕੰਪਲੀਟ ਬੈਨ ਹੋਵੇਗਾ। ਅੱਜ ਸ਼ਾਮ ਨੂੰ 6 ਵਜੇ ਤੋਂ ਬਾਅਦ ਕੋਈ ਵੀ ਲਾਊਡ ਸਪੀਕਰ ਅਲਾਊ ਨਹੀਂ ਕੀਤਾ ਜਾਵੇਗਾ। ਔਰ ਡਰਾਈ ਡੇ ਅਸੀਂ ਘੋਸ਼ਿਤ ਕਰ ਦਿੱਤਾ ਹੈ। ਕਿਸੇ ਵੀ ਲਿਕਰ ਵੈਂਡ ਤੇ ਜਾਂ ਕਿਸੇ ਵੀ ਹੋਟਲ ਅਦਾਰੇ ਦੇ ਵਿੱਚ ਲਿਕਰ ਸਰਵ ਨਹੀਂ ਕੀਤੀ ਜਾਵੇਗੀ। ਠੀਕ ਹੈ, ਤੁਸੀਂ ਕਹਿੰਦੇ ਹੋ ਕਿ ਨਾਕਾਬੰਦੀ ਕੀਤੀ ਜਾਵੇਗੀ, ਪੈਸੇ ਜੇ ਕਿ ਕੈਸ਼ ਲੈ ਕੇ ਜਾਂਦੇ ਉਹਨੂੰ ਫੜਿਆ ਜਾਵੇਗਾ, ਪਰ ਅੱਜ ਕੱਲ੍ਹ ਡਿਜੀਟਲ ਜ਼ਮਾਨਾ ਆ, ਡਿਜੀਟਲੀ ਟ੍ਰਾਂਸਫਰ ਬਹੁਤ ਸਾਰੀਆਂ ਹੁੰਦੀਆਂ ਨੇ, ਉਸ ਉੱਤੇ ਵੀ ਕੁਝ ਰੋਕ ਲਾਈ? ਹਾਂਜੀ, ਪੂਰੀ ਤਰ੍ਹਾਂ ਨਾਲ ਰੋਕ ਹੈ। ਜਿਹੜੇ ਡਿਜੀਟਲ ਵਾਲਿਟਸ ਰਾਹੀਂ ਵੀ ਜਿਹੜੀ ਕੈਸ਼ ਟ੍ਰਾਂਜੈਕਸ਼ਨਸ ਹੈ ਉਹਨਾਂ ਤੇ ਵੀ ਸਾਡੀ ਨਜ਼ਰ ਬਣੀ ਹੋਈ ਹੈ। ਇਸ ਤੋਂ ਇਲਾਵਾ ਆਨਲਾਈਨ ਡਿਲੀਵਰੀ ਪਾਰਟਨਰਸ ਜਿਵੇਂ ਕਿ ਸਵਿਗੀ, ਜ਼ੋਮੈਟੋ ਅਤੇ ਹੋਰ ਬਲਿੰਕਿਟ ਐਕਸੈਟਰਾ, ਉਹਨਾਂ ਤੇ ਵੀ ਸਾਡੀ ਨਜ਼ਰ ਬਣੀ ਹੋਈ ਹੈ। ਸਾਡੀ ਸਾਰੀ ਏਜੰਸੀਜ਼ ਮੌਕੇ ਤੇ ਮੌਜੂਦ ਨੇ ਤਾਂ ਕਿ ਜੇ ਇਹਨਾਂ ਏਜੰਸੀਜ਼ ਦੇ ਰਾਹੀਂ ਵੀ ਕੋਈ ਵੋਟਰਸ ਤੱਕ ਕੋਈ ਪ੍ਰਲੋਭਨ ਪਹੁੰਚਾਇਆ ਜਾਂਦਾ ਹੈ ਤਾਂ ਉਹਦੇ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੋਈ ਐਸੇ ਬੂਥ ਪਾਏ ਗਏ ਜਿਹੜੇ ਸੰਵੇਦਨਸ਼ੀਲ ਹੋਣ, ਉਹਨਾਂ ਲਈ ਕੁਝ ਖਾਸ ਪ੍ਰਬੰਧ ਕੀਤੇ ਹੋਣ? ਹਾਂਜੀ, ਅਸੀਂ ਆਲਰੇਡੀ ਪਿਛਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਵਲਨਰੇਬਲ ਬੂਥਸ ਹੈ ਜਿੱਥੇ ਜਾਂ ਤਾਂ ਮਾਨਯੋਗ ECI ਦੀ ਗਾਈਡਲਾਈਨਸ ਦੇ ਹਿਸਾਬ ਨਾਲ ਪਿਛਲੇ ਸਾਲਾਂ ਦੇ ਵਿੱਚ ਵੋਟ ਵੱਧ ਪਈ ਹੈ ਤਾਂ ਕਰਕੇ ਵੀ ਉਹ ਵਲਨਰੇਬਲ ਹੋ ਜਾਂਦੇ ਨੇ, ਜਾਂ ਕਿਸੇ ਹੋਰ ਕਾਰਨਾਂ ਕਰਕੇ ਕੋਈ ਕੰਜਸਟਿਡ ਏਰੀਆ ਹੋਣ ਕਰਕੇ ਜਾਂ ਕਿਸੇ ਲੜਾਈ ਝਗੜੇ ਦਾ ਖਦਸ਼ਾ ਹੋਣ ਕਰਕੇ ਅਸੀਂ ਜਿੱਥੇ ਵਲਨਰੇਬਲ ਬੂਥਸ ਬਣਾਏ ਹੈ ਇਹੋ ਜਿਹੇ
99 ਬੂਥ ਸਾਡੇ 89 ਬੂਥ ਅਸੀਂ ਆਈਡੈਂਟੀਫਾਈ ਕੀਤੇ ਔਰ ਉਹਨਾਂ ਤੇ ਖਾਸ ਤੌਰ ਤੇ CAPF ਦੀ ਸਿਕਿਉਰਿਟੀ ਲਾਈ ਗਈ ਹੈ। ਮਾਈਕਰੋ ਆਬਜ਼ਰਵਰਸ ਖਾਸ ਤੌਰ ਤੇ ਬਤੌਰ ਜਨਰਲ ਆਬਜ਼ਰਵਰ ਸਾਹਿਬ ਦੇ ਨੁਮਾਇੰਦੇ ਹਰ ਬੂਥ ਤੇ ਲਾਏ ਗਏ ਹੈ ਔਰ ਵੈਬਕਾਸਟਿੰਗ ਜਿਹੜੀ ਹੈ ਬੂਥ ਦੀ 24 ਘੰਟੇ ਦੀ CCTV ਫੀਡ ਜਿਹੜੀ ਹੈ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਦੇ ਵਿੱਚ ਆਏਗੀ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਦੁਰਘਟਨਾ ਨਾ ਵਾਪਰੇ। ਹੀਟ ਵੇਵ ਨੂੰ ਲੈ ਕੇ ਜੀ ਅਸੀਂ ਫਸਟ ਏਡ ਕਿੱਟ ਜਿਸ ਦੇ ਵਿੱਚ ORS ਔਰ ਹੋਰ ਤਰ੍ਹਾਂ ਦੀ ਦਵਾਈਆਂ ਸਿਵਲ ਸਰਜਨ ਦੇ ਨਾਲ ਤਾਲਮੇਲ ਕਰਕੇ ਖਾਸ ਕਿੱਟਸ ਬਣਵਾਈਆਂ ਜਿਹੜੀ ਕਿ ਹਰ ਪੋਲਿੰਗ ਪਾਰਟੀ ਨੂੰ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੀਣ ਦੇ ਪਾਣੀ ਦਾ ਇੰਤਜ਼ਾਮ, ਛਬੀਲ ਦਾ ਇੰਤਜ਼ਾਮ ਔਰ ਕੁਝ ਬੂਥਸ ਤੇ ਫ੍ਰੀ ਆਈਸਕ੍ਰੀਮ ਦਾ ਇੰਤਜ਼ਾਮ ਵੀ ਅਸੀਂ ਵੋਟਰਾਂ ਲਈ ਕਰ ਰਹੇ ਹਾਂ। ਸ਼ੇਡ ਦਾ ਬਤੌਰ ਕਿਉਂਕਿ ਧੁੱਪ ਰਹਿ ਸਕਦੀ ਹੈ ਤੇ ਪ੍ਰੋਪਰ ਸ਼ਾਮਿਆਨਾ ਲੱਗਿਆ ਹੋਵੇ ਤਾਂ ਕਿ ਕਿਸੇ ਨੂੰ ਧੁੱਪ ਦੇ ਵਿੱਚ ਨਾ ਖੜਨਾ ਪਏ, ਇਸ ਦਾ ਵੀ ਅਸੀਂ ਇੰਤਜ਼ਾਮ ਕੀਤਾ ਹੈ। ਕੂਲਰਸ ਦਾ ਔਰ ਜਿੱਥੇ ਹੋ ਸਕੇ ਮਿਸਟ ਫੈਨਸ ਦਾ ਇੰਤਜ਼ਾਮ ਅਸੀਂ ਪੋਲਿੰਗ ਸਟੇਸ਼ਨ ਤੇ ਕੀਤਾ ਹੈ। ਇੱਕ ਆਸ਼ਾ ਵਰਕਰ, ਸਾਡੇ ਹੈਲਥ ਵਰਕਰਸ ਵੀ ਹਰ ਬੂਥ ਤੇ ਰਹਿਣਗੇ ਤਾਂ ਕਿ ਜੇ ਕੋਈ ਕਿਸੇ ਨੂੰ ਸਮੱਸਿਆ ਆਉਂਦੀ ਹੈ ਕਿਸੇ ਵੋਟਰ ਨੂੰ ਜਾਂ ਸਾਡੀ ਪੋਲਿੰਗ ਪਾਰਟੀ ਦੇ ਜਾਂ ਪੁਲਿਸ ਦੇ ਮੁਲਾਜ਼ਮ ਨੂੰ ਤਾਂ ਇਮੀਡੀਏਟਲੀ ਫਸਟ ਏਡ ਦਿੱਤਾ ਜਾ ਸਕੇ ਔਰ ਜਿਹੜਾ ਨੀਅਰੈਸਟ ਹਸਪਤਾਲ ਹੈ ਉਹਦੀ ਵੀ ਮੈਪਿੰਗ ਅਸੀਂ ਕੀਤੀ ਹੋਈ ਹੈ ਕਿ ਕਿਸੇ ਪੋਲਿੰਗ ਸਟੇਸ਼ਨ ਤੇ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਕਿੱਥੇ ਜਾਣਾ। ਮੈਂ ਤੁਹਾਡੇ ਰਾਹੀਂ ਸਾਡੇ ਵੋਟਰਾਂ ਨੂੰ ਵੀ ਇਹ ਅਪੀਲ ਕਰਨਾ ਚਾਹਾਂਗੀ ਕਿ ਆਪਣੇ ਨਾਲ ਹਰ ਤਰ੍ਹਾਂ ਦੇ ਇਤਿਹਾਸ ਵਰਤ ਕੇ ਆਇਓ, ਆਪਣੇ ਆਪ ਨੂੰ ਚੰਗੀ ਤਰ੍ਹਾਂ ਹਾਈਡਰੇਟਿਡ ਰੱਖੋ ਔਰ ਇੱਕ ਗਿੱਲੇ ਪਾਣੀ ਦਾ ਜਿਹੜਾ ਟਾਵਲ ਹੈ ਉਹ ਆਪਣੇ ਨਾਲ ਰੱਖੋ ਤਾਂ ਕਿ ਤੁਸੀਂ ਆਪ ਵੀ ਸੁਰੱਖਿਅਤ ਰਹੋ ਔਰ ਤੁਹਾਡੇ ਆਲੇ ਦੁਆਲੇ ਵੀ ਸਾਰਿਆਂ ਨੂੰ ਸੁਰੱਖਿਅਤ ਰਹੋ। ਹਾਂਜੀ, ਇਹ ਤਾਂ ਪੋਲਿੰਗ ਸਟੇਸ਼ਨ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਇਲੈਕਟ੍ਰੋਨਿਕ ਗੈਜਟਸ ਜਿਹੜੇ ਹੈ ਅੰਦਰ ਅਲਾਉ ਨਹੀਂ ਕੀਤੇ ਜਾਂਦੇ ਤਾਂ ਮੇਰੀ ਤੁਹਾਡੇ ਰਾਹੀਂ ਸਾਰੇ ਵੋਟਰਾਂ ਨੂੰ ਅਪੀਲ ਹੈ ਕਿ ਆਪਣੇ ਘਰ ਦੇ ਵਿੱਚ ਜਾਂ ਕਾਰ ਦੇ ਵਿੱਚ ਪੋਲਿੰਗ ਸਟੇਸ਼ਨ ਤੋਂ ਬਾਹਰ ਜਿਹੜਾ ਹੈ ਆਪਣੇ ਮੋਬਾਈਲ ਫੋਨ ਅਤੇ ਹੋਰ ਸਾਰੇ ਇਲੈਕਟ੍ਰੋਨਿਕ ਵਾਚ ਹੈ ਜਾਂ ਹੋਰ ਤਰ੍ਹਾਂ ਦੇ ਗੈਜਟਸ ਹੈ ਉਹਨੂੰ ਛੱਡ ਕੇ ਜਾਣ। ਸੋ ਇਹ ਡਿਪਟੀ ਕਮਿਸ਼ਨਰ ਮੋਹਾਲੀ ਸੀ ਜਿਹੜੇ ਸਾਡਾ ਚਰਚਾ ਕਰ ਰਹੇ ਸੀ ਕੀ ਪਾਬੰਦੀਆਂ ਲਾਈਆਂ ਗਈਆਂ ਨੇ, ਕੇਵਲ ਮੋਹਾਲੀ ਚ ਨਹੀਂ ਪੂਰੇ ਪੰਜਾਬ ਚ ਇਹ ਪਾਬੰਦੀਆਂ ਜਿਹੜੀਆਂ ਉਹ ਜਾਰੀ ਰਹਿਣਗੀਆਂ। ਸੋ ਅੱਜ ਤੋਂ 48 ਘੰਟੇ, ਸ਼ਾਮ 6 ਵਜੇ ਤੋਂ ਬਾਅਦ 48 ਘੰਟੇ ਲਈ ਇਹ ਪਾਬੰਦੀਆਂ ਜਿਹੜੀਆਂ ਲੱਗਣਗੀਆਂ ਪੂਰੇ ਪੰਜਾਬ ਦੇ ਵਿੱਚ ਤੇ ਫਿਰ ਭਲਕੇ ਚੋਣਾਂ ਹੋਣਗੀਆਂ। ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਜਸਪ੍ਰੀਤ ਸਿੰਘ ਅਸ਼ਕ, PTC ਨਿਊਜ਼ ਮੋਹਾਲੀ।